ਕਿਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਉਹਨਾਂ ਨੂੰ ਕੀੜਿਆਂ ਵਿੱਚ ਵੀ ਕੀੜਾ ਬਣਾ ਕੇ ਛੁੱਟਦਾ ਮਤਾਂ ਜਾਣਿਆ ਜੇ ਕਿੰਨਿਆ ਨਹੀਂ ਹੋਣਾ ਉਹ ਨਿਆਂ ਕਰਦਾ ਸੱਚਾ ਨਿਆਂ ਕਰਦਾ ਹੈ ਕਰਤਾਰ ਉਹ ਜ਼ਰੂਰ ਕਰਦਾ ਇਹ ਹੋਏਗਾ ਉਹ ਭਗਤ ਕੀੜੇ ਪੈ ਕੇ ਮਰਿਆ ਦੂਜੇ ਨਾਲ ਵੀ ਕੀ ਹਾਲ ਹੋਣਾ ਉਹ ਪਰਮਾਤਮਾ ਜਾਣੇ ਮੇਰੇ ਕੋਲ ਇੱਕ ਰਿਕਾਰਡਿੰਗ ਵੀ ਹੈ ਜਿਹੜਾ ਸੱਜਨ ਕੁਮਾਰ ਆਪਣੇ ਆਪ ਨੂੰ ਬੜਾ ਤੁਰਮਖਾਂ ਸਮਝਦਾ ਸੀ 25 ਸਾਲ ਤੱਕ ਉਹ ਕੋਰਟ ਸੁਪੇਸ਼ ਨਹੀਂ ਹੋਇਆ ਉਹਨੂੰ ਸਾਰੇ ਮਾਮਲਿਆਂ ਚ ਬਰੀ ਹੋ ਗਿਆ ਪਰ ਇੱਕ ਦਿਨ ਵੀ ਪੁਲਿਸ ਵਾਲੇ ਨੇ ਉਹਨੂੰ ਪੁੱਛਿਆ ਨਹੀਂ ਕਿ ਤੂੰ ਕੀਤਾ ਕਿ ਨਹੀਂ ਕੀਤਾ ਇੱਕ ਦਿਨ ਵੀ ਨਹੀਂ ਉਹ ਅੱਜ 2010 ਜਦੋਂ ਜੁੱਤੀ ਪੈ ਗਈ ਨਾ ਤੇ ਕੇਸ ਦਰਜ ਹੋਇਆ ਹਾਈ ਕੋਰਟ ਚ ਖੜਾ ਹੁੰਦਾ ਕੋਰਟ ਚ ਆਪਣਾ ਕੜਕੜੂਮਾ ਕੋਰਟ ਚ ਤੇ ਉੱਥੇ ਖੜਾ ਹੋ ਕੇ ਡਰਦਾ ਮਾਰਾ ਤਿੰਨ ਤਿੰਨ ਘੰਟੇ ਪਤਾ ਨਹੀਂ ਕਿਹੜੇ ਮਹਾਮ੍ਰਿਤ ਉੰਜੇ ਜਾਪਦਾ ਜਪ ਕਰਦਾ ਰਹਿੰਦਾ ਉਹ ਪਰਮਾਤਮਾ ਜਾਣਦਾ ਸੱਚਾ ਨਿਆਂ ਉਹ ਕਰਦਾ ਇਹਨਾਂ ਨੇ ਡਰ-ਡਰ ਕੇ ਜੁਣਾ ਇਹ ਜੁੱਤੀਆਂ ਖਾ ਕੇ ਟਿਕਟਾਂ ਨਿਕਲੀਆਂ ਇਹਨਾਂ ਦੀਆਂ ਤੇ ਅਖਬਾਰਾਂ 'ਚ ਲਿਖਿਆ ਗਿਆ ਕਿ ਜੁੱਤੀ ਨੇ ਕੱਟੀ ਟਿਕਟ ਇਹ ਤੋਂ ਵੱਡਾ ਇਹਨਾਂ ਦੀ ਬਦਨਾਮੀ ਕੋਈ ਨਹੀਂ ਹੋ ਸਕਦੀ ਬੇਇੱਜ਼ਤ ਇਹਨਾਂ ਨੂੰ ਕੀਤਾ ਪਰ ਨਿਆਂ ਅਜੇ ਨਹੀਂ ਹੋਇਆ ਮੈਂ ਜਿਹੜੀ ਗੱਲ ਤੇ ਆ ਰਿਹਾ ਸੀ ਇਹ ਕੱਲੂ ਕਾਰਾ ਸੀ ਤੇ ਸਿੱਖ ਕੌਮ ਸਾਰਿਆਂ ਨੂੰ ਇੱਕ ਸਮਝਣਾ ਪਏਗਾ ਜਦੋਂ ਅਸੀਂ ਇੱਕ ਮੁੱਠ ਹੋਵਾਂਗੇ ਜੇ ਮੈਨੂੰ ਕੋਈ ਤਕਲੀਫ ਹੈ ਤੇ ਮੇਰੇ ਭਰਾ ਨੂੰ ਵੀ ਤਕਲੀਫ ਹੋਣੀ ਚਾਹੀਦੀ ਹੈ ਜੇ ਇਸ ਬੱਚੇ ਨੂੰ ਕੋਈ ਤਕਲੀਫ ਹੈ ਤੇ ਸਾਨੂੰ ਸਾਰੇ ਪੰਥ ਨੂੰ ਹੋਣੀ ਕਿਉਂਕਿ ਮਹਾਰਾਜ ਨੇ ਜਿਹੜਾ ਸਾਡਾ ਲੰਗਰ ਚਲਾਇਆ ਜਿਹੜਾ ਸਾਡਾ ਪ੍ਰਸ਼ਾਦ ਦਾ ਸਿਧਾਂਤ ਦਿੱਤਾ ਜਿਹੜਾ ਮਹਾਰਾਜ ਨੇ ਸਾਨੂੰ ਕਿਹਾ ਕਿ ਸ੍ਰੀ ਸ੍ਰਵਤ ਖਾਲਸਾ ਜੀ ਕੀ ਅਰਦਾਸ ਹੈ ਜਿਹੜਾ ਮਹਾਰਾਜ ਨੇ ਕਿਹਾ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਪਾਈਆਂ ਉਸ ਸਿਧਾਂਤ ਨੂੰ ਅਸੀਂ ਕਿਤੇ ਖੇਰੂ ਖੇਰੂ ਨਾ ਕਰ ਦਈਏ ਇਕੱਠੇ ਹੋ ਕੇ ਜਦੋਂ ਲੜਾਂਗੇ ਇਕੱਠੇ ਹੋ ਕੇ ਜਦੋਂ ਤੁਰਾਂਗੇ ਇਹ ਜ਼ੁਲਮ ਦੇ ਵਹਿਣ ਰੋਕ ਦਿੱਤੇ ਜਾਣਗੇ ਇਹਨਾਂ ਦੇ ਮੂੰਹ ਮੋੜ ਦਿੱਤੇ ਜਾਣਗੇ ਖਾਲਸਾ ਪੰਥ ਦੇ ਵਿੱਚ ਇੱਕ ਨਮੋਸ਼ੀ ਆਈ ਹੈ ਮੈਂ ਕੁਝ ਕਹਿਣ ਯੋਗ ਨਹੀਂ ਮੈਂ ਸੱਚ ਕਵਾਂ ਕਿਛ ਰੂਪ ਨਹੀਂ ਕਿਛ ਜਾਤ ਨਹੀਂ ਕਿਛ ਢੰਗ ਨਾ ਮੇਰਾ ਕਿ ਆ ਮੂੰਹ ਲੈ ਬੋਲੇ ਗੁਣ ਬਿ ਹੋਣ ਨਾਮ ਜਪਿਆ ਨਾ ਤੇਰਾ ਉਹ ਪਰਮਾਤਮਾ ਦੇ ਦਰ ਦੇ ਉੱਤੇ ਤੇ ਨਾਮ ਜਪਣ ਵਾਲਾ ਹੀ ਪਰਵਾਨ ਹੈ ਬਾਕੀ ਜੋ ਮਰਜ਼ੀ ਕੀਤਾ ਹੋਵੇ ਪਰਵਾਨ ਨਹੀਂ ਹੁੰਦਾ ਕਦੇ-ਕਦੇ ਚਿਤ ਕਰਦਾ ਕਿ ਇੱਥੇ ਕੀਰਤਨ ਦੇ ਪ੍ਰਵਾਹ ਹੀ ਚੱਲਦੇ ਰਹਿਣੇ ਚਾਹੀਦੇ ਨੇ ਕੁਝ ਹੋਰ ਨਹੀਂ ਹੋਣਾ ਚਾਹੀਦਾ ਚੇਤ ਨਹੀਂ ਕਰਦਾ ਪਰ ਕੀ ਕਰੀਏ ਫਿਰ ਉਸ ਵੇਲੇ ਬਾਬੇ ਨਾਨਕ ਦੇ ਬੋਲ ਯਾਦ ਆਉਂਦੇ ਨੇ ਕਿ ਜਦੋਂ ਬਾਬਰ ਨੇ ਹਮਲਾ ਕੀਤਾ ਤੇ ਜਿਹੜੇ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਚਾਰ ਚਾਰ ਉਦਾਸੀਆਂ ਕਰਦੇ ਨੇ ਜਗਤ ਜਲੰਦੇ ਨੂੰ ਤਾਰਨ ਵਾਸਤੇ ਬਾਬਾ ਦੇਖੇ ਧਿਆਨ ਤਰ ਜਲਦੀ ਸਭ ਪ੍ਰਥਵੀ ਦੇ ਸਿਆਹੀ ਬਾਜੋਂ ਗੁਰੂ ਗੁਬਾਰ ਹੈ ਹੇ ਹੇ ਕਰਦੀ ਸੁਣੀ ਲੁਕਾਈ ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗ ਮਾਇ ਪਠਾਇਆ ਅੰਧ ਵਿਸ਼ਵਾਸਾਂ ਕਰਮ ਕਾਂਡਾਂ ਭਰਮਾਂ ਦੇ ਵਿੱਚ ਰੁੜਦੀ ਜਾਂਦੀ ਗੁਲਾਮ ਹੋਈ ਮਾਨਸਿਕਤਾ ਉਸ ਨੂੰ ਸੁਰਜੀਤ ਕਰਨ ਵਾਸਤੇ ਆਪ ਨਰਾਇਣ ਕਲਾ ਧਾਰ ਜਗ ਮੇ ਪਰਿਓ ਬਲਿਓ ਚਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰਪਾਰਬੰ ਉਹ ਪਾਰਬੰ ਪਰਮੇਸ਼ਰ ਆਪ ਕਲਾ ਧਾਰ ਕੇ ਗੁਰਨਾਨਕ ਸਾਹਿਬ ਮਹਾਰਾਜ ਦੇ ਰੂਪ ਚ ਆਇਆ ਹੈ ਉਹਨਾਂ ਨੇ ਆ ਕੇ ਧਰਮ ਦਾ ਉਹ ਰੂਪ ਦ੍ਰਿੜ ਕਰਾਇਆ ਜਿਹੜਾ ਪ੍ਰਮਾਤਮਾ ਨੇ ਸਿੱਧਾ ਭੇਜਿਆ ਹੈ ਕੋਈ ਪਰਮ ਨਹੀਂ ਕੋਈ ਪਖੰਡ ਨਹੀਂ ਕੋਈ ਕਰਮकांड ਨਹੀਂ ਮਹਾਰਾਜ ਨੇ ਤਾਂ ਸਿੱਧਾਂ ਨੂੰ ਵੀ ਕਹਿ ਦਿੱਤਾ ਸਿੱਧ ਚੜ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ ਧਰਮ ਦਾ ਮਤਲਬ ਇਹ ਨਹੀਂ ਕਿ ਆਪਣੀਆਂ ਮਾਲਾ ਜੱਪੀ ਚਲੋ ਧਰਮ ਦਾ ਮਤਲਬ ਇਹ ਨਹੀਂ ਕਿ ਆਪਣੇ ਸਵਾਸ ਪੁੱਠੇ ਸਿੱਧੇ ਕਰੀ ਚਲੋ ਧਰਮ ਦਾ ਮਤਲਬ ਇਹ ਨਹੀਂ ਕਿ ਆਪਣੇ ਜੱਪ ਤਪ ਕਰੀ ਚਲੋ ਮੈਂ ਸਿੱਧਾਂ ਦੀਆਂ ਗੱਲਾਂ ਕਰ ਰਿਹਾ ਜੋਗੀਆਂ ਦੀਆਂ ਗੱਲਾਂ ਕਰ ਰਿਹਾ ਪਰ ਨਾਮ ਜਪੋ ਨਾਮੋ ਅਰਾਧੋ ਨਾਮ ਰਹੋ ਲਿਵ ਲਾਏ ਤੇ ਇਹ ਪਛਾਣ ਯਾਦ ਰੱਖਿਆ ਜੇ ਜਿਹੜਾ ਨਾਮ ਨੂੰ ਜਪਦਾ ਹੈ ਜਿਹੜਾ ਪ੍ਰਮਾਤਮਾ ਦੀ ਭੈ ਭਾਵਨੀ ਚ ਆਉਂਦਾ ਉਹਨੂੰ ਫਿਰ ਦੁਨੀਆ ਦਾ ਕੋਈ ਭੈ ਪੋ ਨਹੀਂ ਸਕਦਾ ਨਿਰਭਉ ਸੰਗ ਤੁਮਾਰੇ ਬਸਤੇ ਇਹ ਡਰਨ ਕਹਾ ਤੇ ਆਇਆ ਉਹਨੂੰ ਕਦੇ ਡਰ ਨਹੀਂ ਲੱਗਦਾ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਸਾਡੇ ਅੰਦਰ ਜਪਣਾ ਵੀ ਘਟ ਗਿਆ ਸਾਡੇ ਅੰਦਰ ਜੀਵਨ ਵੀ ਘਟ ਗਿਆ ਹੁਣ ਤੇ ਉਹ ਲੱਗਦਾ ਕਿ ਗੁਰਸਿੱਖੀ ਦਾ ਕਿਰਦਾਰ ਜਿਹੜਾ ਉਹ ਬਸ ਕਿਤਾਬਾਂ ਤੇ ਸਾਖੀਆਂ ਚ ਰਹਿ ਗਿਆ ਇਸ ਕਰਕੇ 84 ਇੱਕ ਬਹਾਨਾ ਹੀ ਹੈ ਬਸ ਜੋ ਦਾਸ ਕਹਿਣਾ ਚਾਹੁੰਦਾ ਉਹ ਹੈ ਕਿ ਸਾਡੇ ਅੰਦਰੋਂ ਸਿੱਖੀ ਦਾ ਕਿਰਦਾਰ ਜਾ ਰਿਹਾ ਅਸੀਂ ਸੋਚ ਲਿਆ ਕਿ ਬਸ ਕੀਰਤਨ ਦਰਬਾਰ ਕਰਾ ਲਈਏ ਭਾਈ ਸਾਹਿਬ ਨੇ ਆਇਆ ਕੀਤਾ ਉਹਨੇ 11000 2000 ਦਿੱਤਾ ਚਲੇ ਗਏ ਬਸ ਉਹ ਤੋਂ ਬਾਅਦ ਕੜਾ ਪ੍ਰਸ਼ਾਦ ਖਾਧਾ ਲੰਗਰ ਖਾਧਾ ਛੱਕੇ ਚਲੇ ਗਏ ਸਿੱਖ ਕੌਮ ਦੇ ਅੰਦਰੋਂ ਜਿਹੜਾ ਕਿਰਦਾਰ ਜਾ ਰਿਹਾ ਸਿੱਖੀ ਸਪਿਰਿਟ ਜਾ ਰਹੀ ਹੈ ਸਿੱਖੀ ਸਰੂਪ ਤਾਂ ਜਾ ਹੀ ਰਿਹਾ ਕਿਉਂਕਿ ਸਿੱਖੀ ਦਾ ਕਿਰਦਾਰ ਜਾ ਰਿਹਾ ਆਜਾ ਹੁਣ ਸਾਡੇ ਬੱਚੇ ਜਿਹੜੇ ਨੇ ਕੰਨਾਂ 'ਚ ਮੁੰਦਰਾ ਪਾ ਕੇ ਟੋਪੀਆਂ ਪਾ ਕੇ ਘੁੰਮ ਰਹੇ ਨੇ ਕਿਉਂ ਕਿ ਸਿੱਖੀ ਦਾ ਪ੍ਰਾਊਡ ਨਹੀਂ ਹੈ ਸਿੱਖੀ ਦਾ ਮਾਣ ਨਹੀਂ ਹੈ ਸਿੱਖ ਇਤਿਹਾਸ ਦੀ ਜਾਣਕਾਰੀ ਨਹੀਂ ਹੈ ਉਹਨੂੰ ਪਤਾ ਨਹੀਂ ਮੈਂ ਕਿੰਨੇ ਵੱਡੇ ਵਿਰਸੇ ਦਾ ਮਾਲਕ ਆ ਉਹਨੂੰ ਪਤਾ ਨਹੀਂ ਹੈ ਤੇ ਉਹਨੂੰ ਪਤਾ ਨਹੀਂ ਮੈਂ ਕਿਹੜੇ ਘਰ ਮੇਰਾ ਗੁਰੂ ਨਾਨਕ ਸਾਹਿਬ ਦਾ ਸਭ ਤੋਂ ਉੱਚਾ ਜਿਹੜਾ ਮੈਂ ਉਸ ਘਰ ਦਾ ਬੱਚਾ ਉਹਨੂੰ ਪਤਾ ਨਹੀਂ ਹੈ ਤੇ ਉਹ ਉਹ ਸਮਝਦਾ ਅਸੀਂ ਨੇ ਮਾੜੂ ਆ ਸਾਡੇ ਨਾਲ ਤੇ ਇਹ ਸਭ ਹੋਇਆ ਅਸੀਂ ਕੁਝ ਕਰ ਨਹੀਂ ਸਕੇ ਇਹ ਵਿਚਾਰਗੀ ਦਾ ਭਾਵ ਜਿਹੜਾ ਆ ਰਿਹਾ ਇਹ ਜਿਹੜਾ ਆਪਣੇ ਆਪ ਨੂੰ ਵਿਚਾਰਾ ਸਮਝਣ ਲੱਗ ਪਏ ਨੇ ਕੁਝ ਨਹੀਂ ਹੋਣਾ ਜੀ ਛੱਡੋ ਜੀ ਇਹ ਭਾਵ ਸਾਨੂੰ ਥੱਲੇ ਲੈ ਜਾ ਰਿਹਾ ਸਿੱਖ ਹਮੇਸ਼ਾ ਚੜ੍ਹਦੀਆਂ ਕਲਾ 'ਚ ਰਹਿੰਦੇ ਨੇ ਤੇ ਚੜ੍ਹਦੀਆਂ ਕਲਾ 'ਚ ਰਹਿਣਗੇ ਇਸ ਕਰਕੇ ਸਾਨੂੰ ਨਾਮ ਬਾਣੀ ਨਾਲ ਜੁੜਨਾ ਪੈਣਾ ਨਾਨਕ ਨਾਮ ਚੜ੍ਹਦੀ ਕਲਾ ਨਾਮ ਹੀ ਚੜ੍ਹਦੀ ਕਲਾ ਜਿਹਦੇ ਅੰਦਰ ਨਾਮ ਨਹੀਂ ਉਹਦੀ ਚੜ੍ਹਦੀ ਕਲਾ ਕਦੇ ਹੋ ਵੀ ਨਹੀਂ ਸਕਦੀ ਨਾਮ ਅਸੀਂ ਜਪਦੇ ਨਹੀਂ ਅਸੀਂ ਸਿਰਫ ਕੰਨ ਰਸ ਕਰਕੇ ਚਲੇ ਗਏ ਲੰਗਰ ਖਾਦਾ ਤੇ ਸਮਝ ਲਿਆ ਵਾਜ ਪ੍ਰੋਗਰਾਮ ਕੀਤਾ ਸੀ ਬਸ ਮੈਂ ਗੱਲ ਕਰ ਰਿਹਾ ਗੁਰਨਾਨਕ ਸਾਹਿਬ ਮਹਾਰਾਜ ਦੀ ਅਸੀਂ ਕਹਿੰਦੇ ਆ ਮਹਾਰਾਜ ਗੁਰਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਬੱਚੇ ਆ ਮਹਾਰਾਜ ਨੇ ਪਿਆਰ ਦਾ ਧਰਮ ਫੈਲਾਇਆ ਮਹਾਰਾਜ ਤਾਂ ਕਹਿੰਦੇ ਨਾਮ ਜਪੋ ਕਿਰਤ ਕਰੋ ਵੰਡ ਛਕੋ ਪਰ ਜੇ ਸਾਹਮਣੇ ਤੁਹਾਡੀ ਅੱਖਾਂ ਦੇ ਜ਼ੁਲਮ ਹੁੰਦਾ ਹੈ ਤੇ ਉਹ ਦੇ ਖਿਲਾਫ ਖੜੇ ਹੋਣਾ ਪਏਗਾ ਉਸ ਵੇਲੇ ਸਿੱਖ ਨਹੀਂ ਨੇ ਜਦੋਂ ਬਾਬਰ ਨੇ ਹਮਲਾ ਕੀਤਾ ਤੇ ਜੇ ਕੋਈ ਖੜਾ ਮੈਨੂੰ ਇੱਕ ਨੌਨ ਸਿੱਖ ਵੀਰ ਦਾ ਹੀ ਫੋਨ ਆਇਆ ਸੀ ਕਹਿੰਦਾ ਮੇਰੇ ਕੋਲ ਕੁਝ ਡਾਕੂਮੈਂਟਸ ਨੇ ਇਤਿਹਾਸ ਦੇ ਕਿ ਜਦੋਂ ਬਾਬਰ ਦਾ ਹਮਲਾ ਹੋਇਆ ਤੇ ਸ਼ੰਕਰਾਚਾਰੀਆ ਆਪਣੀ ਪੀਠ ਛੱਡ ਕੇ ਭੱਜ ਗਏ ਸੀ ਜਿੱਥੇ-ਜਿੱਥੇ ਉਹਨਾਂ ਦੀਆਂ ਸੀਟਾਂ ਸੀ ਉਹ ਛੱਡ ਕੇ ਚਲੇ ਗਏ ਸੀ ਜੇ ਕੋਈ ਖੜਾ ਹੋਇਆ ਉਸ ਬਾਬਰ ਦੇ ਖਿਲਾ ਇਨਾਂ ਨੇ ਕਿਹਾ ਜੰਤਰ ਮੰਤਰ ਪੜ ਦੇਾਂਗੇ ਬਾਬਰ ਦੀ ਫੌਜ ਅੰਨੀ ਹੋ ਜਾਏਗੀ ਕੋਈ ਅੰਨਾ ਨਹੀਂ ਹੋਇਆ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਾਣੀ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਨੇ ਲਿਖਿਆ ਕੋਈ ਮੁਗਲ ਨਾ ਹੋਵਾ ਅੰਦਾ ਕਿਨੇ ਨਾ ਪਰਚਾ ਲਾਇਆ ਕਿਸੇ ਨੇ ਉਹਦੇ ਅੱਗੇ ਖੜੇ ਹੋਣ ਦੀ ਹਿੰਮਤ ਨਹੀਂ ਕੀਤੀ ਕੋਈ ਮੁਗਲ ਅੰਨਾ ਨਹੀਂ ਹੋਇਆ ਇਹਨਾਂ ਨੇ ਇਹੋ ਜੇ ਪਰਮਪੂਲੇਖਿਆਂ ਚ ਪਾਇਆ ਹੋਇਆ ਸੀ ਉਹੀ ਜਦੋਂ ਕਹਿੰਦੇ ਚੰਡੀ ਪ੍ਰਗਟ ਹੋਈਗੀ ਮਹਾਰਾਜ ਨੇ ਸ੍ਰੀ ਸਾਹਿਬ ਕੱਢ ਕੇ ਕਿਹਾ ਇਹ ਚੰਡੀ ਆ ਉਥੋਂ ਕਢਿਆ ਗੁਰੂ ਨਾਨਕ ਸਾਹਿਬ ਮਹਾਰਾਜ ਖੜੇ ਹੋਏ ਇਸ ਬਾਬਤ ਦੇ ਖਿਲਾਫ ਕਹਿੰਦੇ ਜ਼ੁਲਮ ਕਰਦਾ ਪਾਪ ਕੀ ਜੰਜ ਲੈ ਕਾਬਲੋਂ ਤਾਇਆ ਜੋਰੀ ਮੰਗੇ ਦਾਨ ਵੇ ਲਾਲੋ ਸ਼ਰਮ ਧਰਮ ਦੇ ਛੱਪ ਖਲੋਏ ਕੂੜ ਫਿਰੇ ਪ੍ਰਧਾਨ ਵੇ ਲਾਲੋ ਕਾਜੀਆਂ ਬਾਂਮਣਾ ਕੀ ਗੱਲ ਥੱਕੇ ਅਗਧ ਪੜੇ ਸ਼ੈਤਾਨ ਵੇ ਲਾਲੋ ਸ਼ੈਤਾਨ ਨੂੰ ਉਹਦੇ ਮੂੰਹ ਦੇ ਉੱਤੇ ਸ਼ੈਤਾਨ ਕਹਿਣਾ ਇਹ ਧਰਮ ਹੈ ਇਹ ਸੱਚ ਹੈ ਜੇ ਕੋਈ ਜ਼ੁਲਮ ਕਰ ਰਿਹਾ ਉਹਦੇ ਮੂੰਹ ਦੇ ਉੱਤੇ ਖੜੇ ਹੋ ਕੇ ਕਹਿਣਾ ਤੋ ਜ਼ੁਲਮ ਕਰ ਰਿਹਾ ਸਾਡੇ ਕਹਿੰਦੇ ਕੋਈ ਨਹੀਂ ਪੁੱਛਾਂ ਦਵਾ ਕੇ ਪਿੱਛੇ ਭਾਜੋ ਫੇਰ ਵੀ ਅਸੀਂ ਸਿੱਖਾਂ ਅਸੀਂ ਬਹੁਤ ਵੱਡੇ ਆ ਤੂੰ ਸਮਝਦਾ ਨਹੀਂ ਜੀ ਕੀ ਹੋ ਜਾਏਗਾ ਜੀ ਕੀ ਫਾਇਦਾ ਨਹੀਂ ਫੇ ਤੁਸੀਂ ਕਿਲੇ ਸੇਖੋ ਜੇ ਸੱਚ ਨੂੰ ਸੱਚ ਨਹੀਂ ਕਹਿ ਸਕਦੇ ਮਹਾਰਾਜ ਕਹਿੰਦੇ ਆ ਉਸਤਤ ਨਿੰਦਾ ਦਉ ਬਿਵਰਜਤ ਨਾ ਕਿਸੇ ਦੀ ਉਸਤਤ ਕਰਨੀ ਨਾ ਕਿਸੇ ਦੀ ਨਿੰਦਿਆ ਕਰਨੀ ਹੁਣ ਕਹਿੰਦੇ ਨਹੀਂ ਜੀ ਨਿੰਦਿਆ ਨਹੀਂ ਕਰਨੀ ਨਿੰਦਿਆ ਨਹੀਂ ਕਰਨੀ ਉਹ ਨਿੰਦਿਆ ਤਦ ਹੁੰਦੀ ਹੈ ਜਦੋਂ ਕੋਈ ਗੁਰਮੁਖ ਪਿਆਰਾ ਹੋਵੇ ਨਾਮ ਜਪਣ ਵਾਲਾ ਤੇ ਕਹੀਏ ਤੇ ਝੱਲਾ ਹੀ ਏ ਇਹਨਾਂ ਨੂੰ ਕੁਝ ਪਤਾ ਹੀ ਨਹੀਂ ਉਦੋਂ ਤੁਸੀਂ ਨਿੰਦਿਆ ਕਰਦੇ ਹੋ ਉਸਤਤ ਉਸ ਵੇਲੇ ਹੁੰਦੀ ਹੈ ਕੋਈ ਸ਼ਰਾਬੀ ਕਬਾਬੀ ਜ਼ਿੰਦਗੀ ਭਰ ਰਿਆ ਹੋਏ ਤੇ ਭਾਈ ਸਾਹਿਬ ਨੂੰ ਕਹਿੰਦਾ ਜਾ ਕਹੋ ਜੀ ਗੁਰਮੁਖ ਜਨਮ ਸਵਾਰ ਦਰਗੇ ਚੱਲੇ ਆ ਉਹਨੂੰ ਉਸਤਤ ਕਹਿੰਦੇ ਨੇ ਮਹਾਰਾਜ ਕਹਿੰਦੇ ਦੋਨੋਂ ਪਾਪ ਨੇ ਇਹ ਦੋਵੇਂ ਪਾਪ ਨੇ ਨਾ ਉਸਤਤ ਕਰੋ ਨਾ ਨਿੰਦਿਆ ਕਰੋ ਪਰ ਸੱਚ ਕਹਿਣਾ ਧਰਮ ਹੈ ਜੋ ਜਿਵੇਂ ਹੈ ਉਹਨੂੰਵੇਂ ਕਹਿ ਦੇਣਾ ਉਹ ਧਰਮ ਹੈ ਤੇ ਇਹਦੇ ਤੋਂ ਕਦੇ ਪਿੱਛੇ ਨਾ ਹਟਿਆ ਜੇ ਸੱਚ ਕੀ ਬਹਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਲਾ ਸੱਚ ਦੀ ਬਾਣ ਮਰਾਂ ਨੇ ਸੱਚ ਦੀ ਬਾਣੀ ਸੁਣਾਈ ਹੈ ਸੱਚ ਹੀ ਕਹਿਣਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਕਲ ਕਾ ਤੀ ਰਾਜੇ ਕਸਾਈ ਧਰਮ ਪੰਖ ਕਰ ਉਡਰਿਆ ਕੂੜ ਮਾਵ ਸਚੰਦਰਮਾ ਦਿਸ਼ੇ ਨਾ ਹੀ ਕੈਂ ਚੜਿਆ ਹਉ ਪਾਲਿਕੁ ਨੀ ਹੋਈ ਅੰਧੇਰ ਹੈ ਰਾਹ ਨ ਕੋਈ ਵਿਚਹੁ ਮੇ ਕਰ ਦੁਖ ਰੋਈ ਕੋ ਨਾਨਕ ਕਿਨ ਬਿਦਗਤ ਹੋਈ ਰਾਜੇ ਸੀ ਮੁਕਦਮ ਕੁੱਤੇ ਜਾਏ ਜਗਾਏ ਨ ਬੈਠੇ ਸੁਤੇ ਇੱਕ ਤੇ ਮਾਰੋ ਕੁੱਟੋ ਤੇ ਰੋਣ ਵੀ ਨਾ ਦਿਓ ਤੇ ਹੁਣ ਤਾਂ ਇਹ ਹੋ ਗਿਆ ਕਿ ਯਾਦਗਾਰ ਵੀ ਨਾ ਬਣਾਉਣ ਦਿਓ ਵੀਰ ਜੀ ਅੰਦਰ ਆਏ ਤੇ ਮੈਨੂੰ ਯਾਦਗਾਰ ਯਾਦਗਾਰ ਦੀ ਗੱਲ ਆ ਗਈ ਹੁਣ ਤਾਂ ਕਹਿੰਦੇ ਯਾਦ ਵੀ ਨਹੀਂ ਕਰਨ ਦੇਣਾ ਉਹ ਜਿੱਥੇ ਇੱਕ ਖਾਲਸਾ ਪੰਥ ਆਪਣੀ ਅਰਦਾਸ ਦੇ ਵਿੱਚ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇਸ਼ੀ ਸੀ ਉੱਤੇ ਬੰਦ-ਬੰਦ ਕਟਾਏ ਖੋਪੜੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਸਿੱਖੀ ਸਿਦਕ ਕੇਸਾਂ ਸੁਆਸਾਂ ਸੰਭਾਇਆ ਤਿਨਾਂ ਦੀ ਪੁੱਤਰ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਸਹਿ ਬੋਲਣਾ ਜੀ ਜੇ ਅੱਜ ਯਾਦਗਾਰਾਂ ਨਹੀਂ ਮਨਾਉਣ ਦੇਣਗੇ ਕੱਲ ਨੂੰ ਕਹਿਣਗੇ ਆਪਣੀਆਂ ਅਰਦਾਸਾਂ ਵੀ ਬਦਲ ਦਿਓ ਕੱਲ ਨੂੰ ਕਹਿਣਗੇ ਤੁਸੀਂ ਇਹ ਕਿਉਂ ਵਿੱਚ ਕਹੀ ਜਾਂਦੇ ਹੋ ਛੱਡੋ ਹੋਰ ਜਿਹੜੇ ਸਿੱਖ ਕਹਿੰਦੇ ਇਤਿਹਾਸ ਭੁੱਲ ਜਾਓ ਪਹਿਲਾਂ ਤਾਂ ਅਰਦਾਸ ਨੂੰ ਬਦਲਵਾਓ ਜਾ ਕੇ ਅਕਾਲ ਤਖਤ ਸਾਹਿਬ ਤੇ ਹਜ਼ੂਰ ਕੋ ਮਹਾਰਾਜ ਇਹ ਸਾਡੀ ਅਰਦਾਸ ਬਦਲ ਦਿਓ ਅਰਦਾਸ ਨਹੀਂ ਬਦਲਿਆ ਕਰਦੀ ਸਮੇਂ ਦੀ ਹਕੂਮਤ ਹੋ ਜਾਏ ਮਹਾਰਾਜਾ ਰਣਜੀਤ ਸਿੰਘ ਕਿਉਂ ਨਾ ਹੋ ਜਾਏ ਪਰ ਉਹਦਾ ਨਾ ਅਰਦਾਸ ਨਹੀਂ ਆ ਸਕਦਾ ਇਹ ਮਨਮੋਹਨ ਸਿੰਘ ਦਾ ਕਿੱਥੋਂ ਆਣਾ ਪਰ ਜਿੰਨੇ ਕਮਾਈ ਕੀਤੀ ਹੈ ਜਿਹੜੇ ਬੰਦ-ਬੰਦ ਕਟਾਏ ਐ ਜਿਹੜੇ ਚਰਖੜੀਆਂ ਤੇ ਚੜੇ ਐ ਉਹਨਾਂ ਦਾ ਨਾਇਸ ਅਰਦਾਸ ਚ ਆਏਗਾ ਕਿਉਂਕਿ ਇਹ ਅਕਾਲ ਪੁਰਖ ਦੀ ਛਤਰਛਾਇਆ ਹੇਠ ਖਾਲਸਾ ਪੰਥ ਚੱਲ ਰਿਹਾ ਹੈ ਹੋਰ ਕਿਸੇ ਦੀ ਭੈ ਭਾਵਨੀ ਦੇ ਅੰਦਰ ਨਹੀਂ ਚੱਲਦਾ ਤੇ ਨਾ ਚਲੇਗਾ ਇਸ ਕਰਕੇ ਅਸੀਂ ਆਪਣੀ ਅਰਦਾਸ ਦੇ ਉਤੇ ਅਡੋਲ ਰਹਿਣਾ ਹੈ ਇੱਥੇ ਤਾਂ ਜਦੋਂ ਨਨਕਾਣਾ ਸਾਹਿਬ ਤੇ ਪੰਜਾ ਸਾਹਿਬ ਦੇ ਸਾਕੇ ਹੋਏ ਤੇ ਸਿੱਖਾਂ ਨੇ ਉਹ ਵੀ ਅਰਦਾਸ ਚ ਜੋੜ ਲਿਆ ਕਿ ਜਿਨ੍ਹਾਂ ਨੇ ਗੁਰਤਾਮਾਹ ਦੀ ਆਜ਼ਾਦੀ ਲਈ ਕੁਰਬਾਨੀਆਂ ਕੀਤੀਆਂ ਉਹਨਾਂ ਦਾ ਵੀ ਧਿਆਨ ਕਰਕੇ ਖਾਲਸਾ ਜੀ ਬੋਲੋ ਇਸ ਕਰਕੇ ਸਿੱਖ ਨੇ ਆਪਣੇ ਇਤਿਹਾਸ ਨੂੰ ਨਹੀਂ ਭੁੱਲਣਾ ਸਿੱਖ ਨੇ ਡਰਨਾ ਨਹੀਂ ਹੈ ਜੇ ਡਰ ਡਰੇ ਤਾਂ ਫਿਰ ਡਰ ਲੱਗਾ ਨਹੀਂ ਡਰ ਹੋਆ ਡਰ ਉਰ ਹੋਏ ਪੱਗ ਗੱਲ ਇਤਨੀ ਕੁ ਹੈ ਕੋਈ ਇਹ ਨਾ ਸਮਝੇ 84 ਹੈ ਕਿ 28 ਸਾਲ ਹੋ ਗਏ ਗੱਲ ਸਾਡੀ ਇਹ ਹੈ ਕਿ ਕੀ ਮੈਂ ਡਰਿਆ ਕਿ ਨਹੀਂ ਡਰਿਆ ਤੂੰ ਮੈਨੂੰ ਡਰਾ ਸਕਿਆ ਕਿ ਨਹੀਂ ਡਰਾ ਸਕਿਆ ਜੇ ਮੈਂ ਖੜੇ ਛੋਟੇ ਸਾਹਿਬ ਜੀ ਆਦੇ ਖੜੇ ਨੇ ਸੂਬਾ ਸਰਹੰਦ ਦੀ ਕਚਹਿਰੀ 'ਚ ਉਹ ਕਹਿੰਦਾ ਇਹਨਾਂ ਨੂੰ ਡਰਾਓ ਧਮਕਾਓ ਸਭ ਕੁਝ ਲਾਲਚ ਦਿਓ ਸਭ ਕੁਝ ਕੀਤਾ ਉਹਦੇ ਕੋਲ ਜੋਰ ਹੈ ਉਹਨੇ ਨੀਹਾਂ 'ਚ ਚਿਣਾ ਦਿੱਤੇ ਪਰ ਜਿੱਤਿਆ ਕੌਣ ਛੋਟੇ ਸਾਹਿਬ ਜਾਦੇ ਕਹਿੰਦੇ ਤੇਰੀ ਈਨ ਨਹੀਂ ਮੰਨਣੀ ਜਾ ਜੋ ਕਰਨਾ ਕਰ ਲੈ ਈਨ ਨਹੀਂ ਮੰਨੀ ਉਹਦੀ ਸੂਬਾ ਸਰਹੰਦ ਕੌਣ ਸੀ ਕੌਣ ਨਹੀਂ ਸੀ ਅੱਜ ਤੇ ਸ਼ਾਇਦ ਨਾਮ ਵੀ ਨਾ ਜਾਣਦੇ ਹੋਵੋ ਪਰ ਛੋਟੇ ਸਾਹਿਬ ਜਾਦਿਆਂ ਦੇ ਉਹ ਸਾਕੇ ਨੂੰ ساری ਦੁਨੀਆ ਯਾਦ ਕਰਦੀ ਹੈ ਇਸ ਕਰਕੇ ਉਹ ਡਰੇ ਨਹੀਂ ਮੈਂ ਫਿਰ ਗੱਲ ਕਹਿ ਦਿਆਂ ਡਰਨਾ ਨਹੀਂ ਜੇ ਡਰ ਡਰੇ ਤਾਂ ਫਿਰ ਡਰ ਲਾ ਕੇ ਨੀ ਡਰ ਹੁਆ ਡਰ ਉਰ ਪਾ ਗਾ ਪੈ ਕਾਹੂ ਕੋ ਦੇਤ ਨਹੀਂ ਨਾ ਪਹਿਮਾਨ ਤੇ ਆਨ ਕਹਿ ਕਬੀਰ ਸੁਖ ਸਹਿਜ ਸਮਾਵੋ ਆਪ ਨਾ ਡਰੋ ਨਾ ਅਵਰ ਡਰਾਵੋ ਨਾ ਡਰਨਾ ਤੇ ਨਾ ਡਰਾਉਣਾ ਸਿਧਾਂਤ ਇੱਕੋ ਹੀ ਹੈ ਮਹਾਰਾਜ ਦਾ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸਿਧਾਂਤ ਇਹੀ ਹੈ ਨਾ ਡਰੋ ਤੇ ਨਾ ਡਰਾਵੋ ਨਾ ਹੀ ਕਿਸੇ ਨੂੰ ਡਰਾਉਣ ਦਿਨੇ ਆ ਭਾਵੇਂ ਗੁਰਤੇਗ ਬਦਸਾਹ ਮਹਾਰਾ ਸੱਚੇ ਪਾਤਸ਼ਾਹ ਦੇ ਸਾਹਮਣੇ ਪੰਡਤ ਕਿਰਪਾ ਰਾਮ ਨੇ ਹੱਥ ਜੋੜੇ ਕਹਿੰਦੇ ਮਹਾਰਾਜ ਸਾਡੀ ਰੱਖਿਆ ਕਰੋ ਮਹਾਰਾਜ ਹੋਜੇ ਨੇ ਕਿ ਗੁਰਨਾਨਕ ਸਾਹਿਬ ਮਹਾਰਾ ਨੇ ਜਿਨੇ ਉਪਾਇਆ ਨਹੀਂ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨੇ ਉਹ ਜੀ ਕਾ ਹਿਤ ਪਾਂਡੇ ਕਾ ਨਾਏ ਟੁੱਟੇ ਨਾਮਨ ਲੱਗੇ ਨਾਏ ਜਲੇ ਨਾ ਜਾਏ ਧਨ ਸੁਮਾਨਸ ਨਾਨਕਾ ਜੋ ਗੱਲ ਚੱਲੇ ਪਾਏ ਪਾਇਆ ਨਹੀਂ ਪਰ ਲਾਉਣ ਵੀ ਨਹੀਂ ਦਿੱਤਾ ਕਿਉਂਕਿ ਬਾਣੀ ਕਹਿੰਦੀ ਹੈ ਜੋਰ ਕੀ ਆਸੋ ਜ਼ੁਲਮ ਹੈ ਲੈ ਜਵਾਬ ਖੁਦਾਏ ਇਹ ਸਿਧਾਂਤ ਹੈ ਇੱਕ ਕੈਰੈਕਟਰ ਹੈ ਸਿੱਖੀ ਦਾ ਅੱਜ ਸਾਡੇ ਸਾਹਮਣੇ ਜਿਹੜੀ ਚੁਣੌਤੀ ਹੈ ਜਿਹੜਾ ਚੈਲੰਜ ਹੈ ਉਹ ਸਿਰਫ ਇਹ ਹੀ ਹੈ ਕਿ ਸਿੱਖੀ ਦਾ ਕਿਰਦਾਰ ਕਿਸ ਪਾਸੇ ਜਾਏਗਾ ਜੇ ਅਸੀਂ ਵਿਚਾਰੇ ਬਣ ਗਏ ਜੇ ਸਾਡੇ ਅੰਦਰ ਕਮਜ਼ੋਰੀ ਆ ਗਈ ਜੇ ਅਸੀਂ ਸੱਚ ਲਈ ਖੜੇ ਨਾ ਹੋ ਸਕੇ ਤੇ ਫੇ ਸਾਡੇ ਅੰਦਰ ਕਮਜ਼ੋਰੀ ਜਿਹੜੀ ਇਸ ਪੀੜੀ ਚ ਆ ਰਹੀ ਹੈ ਬੜਾ ਧਿਆਨ ਦੇ ਕੇ ਸੁਣਿਆ ਜੇ ਜੋ ਪੀੜੀ 1984 ਤੋਂ ਬਾਅਦ ਕਬਰਾਈ ਹੋਈ ਹੈ ਜਿਸ ਪੀੜੀ ਦੇ ਅੰਦਰ ਡਰ ਆਇਆ ਹੋਇਆ ਹੈ ਜੇ ਉਹ ਡਰ ਪਾਸ ਹੋਣ ਸਾਡੀ ਦੂਜੀ ਪੀੜੀ ਤੇ ਹੋ ਗਿਆ ਫੇ ਬੜਾ ਮੁਸ਼ਕਿਲ ਹੋ ਜਾਏਗਾ ਇਹ ਸੱਟ ਜਾਣ ਲਿਆ ਜੇ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕੱਲ ਜਿਹੜਾ ਤਕਰੀਬਨ 8-10 ਹਜ਼ਾਰ ਸਿੱਖ ਇਕੱਠਾ ਹੋਇਆ ਉਹਦੇ ਵਿੱਚੋਂ 70% ਉਹ ਸੀ ਜਿਹੜਾ 84 ਤੋਂ ਬਾਅਦ ਜੰਮਿਆ ਇਸ ਕਰਕੇ ਇਸ ਗੱਲ ਦਾ ਸੰਤੁਸ਼ਟੀ ਹੋਈ ਕੱਲ ਕਿ ਭਾਈ ਇਹ ਜਿਹੜੀ ਗੱਲ ਹੈ 84 ਦੀ ਅੱਗੇ ਚੱਲੇਗੀ ਤੇ ਕਿਰਦਾਰ ਦੀ ਗੱਲ ਅੱਗੇ ਚੱਲੇਗੀ ਇਹ ਮੈਸਿਕਲੀ ਕਿਰਦਾਰ ਦੀ ਹੀ ਗੱਲ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਿਹੜਾ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਪੰਥ ਤੇ ਬੜਾ ਨਿਰਮਲ ਹੀ ਮਹਾਰਾਜ ਨੇ ਚਲਾਇਆ ਨਿਰਮਲ ਵੀ ਐਸਾ ਕਹਿੰਦੇ ਮਨ ਨੂੰ ਨਿਰਮਲ ਕਰਨਾ ਪੈਣਾ ਇਹ ਮਨ ਕੇ ਤੜਿਆਂ ਜੁਗ ਭਰਮੇ ਹੱਥ ਰਹੇ ਨਾ ਆਵੇ ਜਾਏ ਮਹਾਰਾਜ ਕਹਿੰਦੇ ਇਹ ਮਨ ਮੈਲਾ ਇਸ ਮਨ ਨੂੰ ਕਈ ਜਨਮਾਂ ਤੋਂ ਭਟਕਿਆ ਕਈ ਜਨਮ ਭਈ ਕੀਟ ਪਤੰਗਾ ਕਈ ਜਨਮ ਗਾ ਜ਼ਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬ੍ਰਿਖ ਹੋਇਓ ਮਿਲ ਜਗਦੀਸ਼ ਮਿਲਣ ਕੀ ਬਰੀਆ ਚਰੰਗ ਕਾਲ ਇਹ ਦੇਹ ਸੰਜਰੀਆ ਕਈ ਜਨਮ ਸਹਲgir ਕਰਿਆ ਕਈ ਜਨਮ ਕਈ ਜਨਮਾਂ ਤੱਕ ਗਰਭヒਰ ਖਰਿਆ ਮਹਾਰਾਜ ਇਹ ਵੀ ਕਹਿੰਦੇ ਜਿਹੜਾ ਗਰਭ ਚ ਖਰ ਗਿਆ ਨਾ ਉਹ ਵੀ ਤੇਰਾ ਜਨਮ ਸੀ ਜਿਹੜਾ ਗਰਭ ਚੋਂ ਜਨਮ ਨਾ ਲੈ ਸਕਿਆ ਕਈ ਜਨਮ ਸਾਖ ਕਰ ਉਪਾਇਆ ਲਖ 84 ਜਨ ਪਰਮਾਇਆ ਇਹ ਭਟਕਦਾ ਭਟਕਦਾ ਤੇਰਾ ਮਨ ਅੱਜ ਜਨਮ ਲੈਂਦਾ ਜਨਮ ਲੈ ਕੇ ਤੂੰ ਆਇਆ ਇਹ ਮਨ ਨਿਰਮਲ ਹੋਣਾ ਚਾਹੀਦਾ ਤੇ ਨਿਰਮਲ ਮਨ ਨੂੰ ਸਿਰਫ ਮਹਾਰਾਜ ਦੀ ਬਾਣੀ ਕਰ ਸਕਦੀ ਹਰ ਕੋਈ ਨਹੀਂ ਕਰ ਸਕਦਾ ਮੈਂ 2 ਮਿੰਟ ਉਸ ਗੱਲ ਤੇ ਆਵਾਂ ਮਹਾਰਾਜ ਦੀ ਬਾਣੀ ਸਿੱਖੀ ਦਾ ਮੁੱਢ ਦਾ ਪਿਆਰ ਹੈ ਉਹਨੇ ਤਾਂ ਨਿਰਮਲਤਾ ਹੀ ਲੈਣੀ ਆ ਦੁਨੀਆ ਅੰਦਰ ਜਿੰਨੀ ਵੀ ਫਿਲਾਸਫੀ ਆ ਦਿਮਾਗ ਤੋਂ ਨਿਕਲੀ ਆ ਤੇ ਜਿਹੜਾ ਮਨੁੱਖ ਆਪਣੇ ਦਿਮਾਗ ਨਾਲ ਗੱਲ ਕਰਦਾ ਉਹ ਪੰਜ ਵਿਚਾਰਾਂ ਚ ਫਸਿਆ ਹੋਇਆ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵਿੱਚ ਤੇ ਜਦੋਂ ਵੀ ਉਹ ਕੋਈ ਗੱਲ ਬੋਲੇਗਾ ਉਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਚ ਲਿਬੜੀ ਹੋਏਗੀ ਇਸ ਕਰਕੇ ਵਿਚਾਰਾਂ ਕਰਕੇ ਟਕਰਾਹ ਹੁੰਦਾ ਕਦੇ-ਕਦੇ ਵਿਦਵਾਨ ਲੜ ਜਾਂਦੇ ਨੇ ਕਦੇ ਕੋਈ ਧਰਮ ਵਾਲੇ ਲੜ ਜਾਂਦੇ ਨੇ ਕਿਉਂਕਿ ਵਿਚਾਰਾਂ ਦਾ ਟਕਰਾਅ ਹੁੰਦਾ ਹੈ ਕਿਉਂਕਿ ਉਹ ਪੰਜਾਂ ਵਿਚਾਰਾਂ ਚ ਲਿਬੜੇ ਹੋਏ ਹੁੰਦੇ ਨੇ ਤੇ ਕਦੇ ਉਹ ਵਿਚਾਰ ਕਦੇ ਵੀ ਕਿਸੇ ਦੇ ਮਨ ਨੂੰ ਨਿਰਮਲ ਨਹੀਂ ਕਰ ਸਕਦੀ ਕਿਉਂ ਨਹੀਂ ਕਰ ਸਕਦੀ ਕਿਉਂਕਿ ਇੱਕ ਮੈਲਾ ਕੱਪੜਾ ਦੂਜੇ ਮੈਲੇ ਕੱਪੜੇ ਨਾਲ ਰਗੜੀ ਚੱਲੋ ਕਦੇ ਵੀ ਕਿਸੇ ਦੀ ਮੈਲ ਦੂਰ ਨਹੀਂ ਹੋਣੀ ਮੈਲ ਨੂੰ ਦੂਰ ਕਰਨ ਵਾਸਤੇ ਤੁਹਾਨੂੰ ਸਾਬਣ ਚਾਹੀਦਾ ਹੈ ਮੂਤ ਪੱਲੀ ਕੀ ਕੱਪੜ ਹੋਏ ਦੇ ਸਾਬੋਣ ਲਈਏ ਉਹ ਤੋਂ へ ਭਰੀਏ ਮਤ ਪਾਪਾਂ ਕੇ ਸੰਗ ਉਹ ਤੋਂ ਪੈ ਇਹ ਨਾਮ ਦੇ ਰੰਗ ਤੇ ਨਾਮ ਦੇ ਰੰਗ ਨਾਲ ਕਿਉਂ ਇਹ ਨਾਮ ਦਾ ਰੰਗ ਤੇ ਬਾਣੀ ਇਹ ਇਹਦੇ ਚ ਮੈਲ ਕਿਉਂ ਨਹੀਂ ਹੈ ਕਿਉਂਕਿ ਇਹ ਅਕਾਲ ਪੁਰਖ ਦੀ ਆਪਣੀ ਬਾੜੀ ਹੈ ਹਉ ਆਪੋ ਬੋਲਣਾ ਜਾਣਦਾ ਮੈਂ ਕਹਿਆ ਸਭ ਕੁ ਮਾਉ ਜੀ ਉਹ ਧੁਰ ਕੀ ਬਾਣੀ ਆਈ ਤင် ਸਗਲੀ ਚਿੰਤ ਮਿਟਾਈ ਇਹ ਬਾਣੀ ਮਹਾਪੁਰਖ ਦੀ ਨਿਜ ਘਰ ਵਾਸਾ ਹੋਏ ਨਿਜ ਘਰ ਲੈ ਜਾਏਗੀ ਤੈਨੂੰ ਇਸ ਕਰਕੇ ਮਹਾਰਾਜ ਨੇ ਤਾਂ ਨਿਰਮਲ ਪੰਥ ਚਲਾਇਆ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਪਰ ਇਸ ਪੰਥ ਦੀ ਜਿਹੜੀ ਨੀਂਹ ਰੱਖੀ ਹੈ ਮਹਾਰਾਜ ਨੇ ਸਤ ਤੇ ਟਿਕਾਈ ਹੈ ਨਾਨਕ ਰਾਜ ਚਲਾਇਆ ਸਤ ਕੋਟ ਸਤਾਣੀ ਨਹੀਂ ਉਹਦੇ ਸਤ ਦੇ ਉੱਤੇ ਅੱਜ ਸਿੱਖ ਸੱਚ ਬੋਲਣ ਤੋਂ ਡਰੇਗਾ ਜੇ ਉਹਦੇ ਅੰਦਰੋਂ ਆਧਾਰ ਸੱਚ ਦਾ ਨਿਕਲ ਗਿਆ ਜੇ ਉਹ ਸੱਚ ਬੋਲਣ ਤੋਂ ਕਬਰਾ ਗਿਆ ਸਮੇਂ ਦੀ ਹਕੂਮਤਾਂ ਤੋਂ ਡਰ ਗਿਆ ਤੇ ਫਿਰ ਉਹ ਸਿੱਖ ਨਹੀਂ ਹੋ ਸਕਦਾ ਫਿਰ ਮੈਂ ਗੱਲ ਹੋਈ ਕਹਦੇ ਆ ਗੱਲ ਕਿਰਦਾਰ ਦੀ ਹੈ ਗੱਲ ਸਪਿਰਟ ਦੀ ਐ ਜੇ ਸਾਡੇ ਅੰਦਰੋਂ ਇਹ ਸਪਿਰਟ ਨਾ ਨਿਕਲੀ ਕਈ ਚੁਰਾਸੀ ਆਈਆਂ ਕਈ ਚਲੀ ਜਾਣੀਆਂ ਕੁਝ ਨਹੀਂ ਹੋਣਾ ਪੰਥ ਚੜ੍ਹਦੀ ਕਲਾ ਵਿੱਚ ਜਾਏਗਾ ਖਾਲਸੇ ਦਾ ਰਾਜ ਬਣੇਗਾ ਪਰ ਜੇ ਸਾਡੇ ਅੰਦਰ ਕਰੈਕਟਰ ਰਿਆ ਜੇ ਸਾਡੇ ਅੰਦਰ ਸਿੱਖੀ ਨਾ ਰਹੀ ਤੇ ਫੇਰ ਬੜਾ ਔਖਾ ਹੋ ਜਾਏਗਾ ਇਹ ਜਾਣ ਲਿਆ ਜੇ ਮਹਾਰਾਜ ਨੇ ਕਹਤਾ ਜੇਬ ਇਹ ਗਹੇ ਬੇ ਪਰਨ ਕੀ ਰੀਤ ਮੈਂ ਨਾ ਕਰੋਂ 인 ਕੀ ਪ੍ਰਤੀ ਜਬ ਲਗ ਖਾਲਸਾ ਰਹਿਣਿਆਰਾ ਤਬ ਲਗ ਤੇਜ ਦਿਓ ਜੇ ਸਾਡੇ ਅੰਦਰੋਂ ਨਿਆਰਾਪਨ ਚਲਾ ਗਿਆ ਨਿਆਰਾਪਨ ਕੀ ਹੈ ਉਥੇ ਝੂਠ ਹੈ ਇੱਥੇ ਸੱਚ ਹੈ ਜਿੱਹਾਂ ਗਿਆਨ ਤਹਾਂ ਧਰਮ ਹੈ ਜਿੱਹਾਂ ਝੂਠ ਤਹਾਂ ਪਾਪ ਝੂਠ ਦੀਆਂ ਦੁਕਾਨਾਂ ਖੋਲ-ਖੋਲ ਕੇ ਬੈਠੇ ਐ ਪਖੰਡੀ ਸਾਧ ਪਰ ਇੱਥੇ ਸੱਚ ਦਾ ਧਰਮ ਚੱਲਦਾ ਹੈ ਸੱਚ ਦੀ ਨੀਂਹ ਟਿਕਾਈ ਹੈ ਤੇ ਸੱਚ ਨੂੰ ਲੈ ਕੇ ਹੀ ਚੱਲਣਾ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਜੇ ਸੱਚ ਦੇ ਉੱਤੇ ਚੱਲਣਾ ਹੈ ਜੇ ਸੱਚ ਦੇ ਅਸੀਂ ਨਹੀਂ ਚੱਲ ਸਕਦੇ ਫਿਰ ਅਸੀਂ ਸਿੱਖ ਕਹਾਉਣ ਦੇ ਯੋਗ ਨਹੀਂ ਹਾਂ ਜੇ ਅਸੀਂ ਬਿਦਾਵਾ ਦਿੱਤਾ ਆਪਣੇ ਕੌਮ ਦੇ ਇਸ਼ੂਸ ਨੂੰ 84 ਨੂੰ ਬਿਦਾਵਤ ਆ 40 ਸਿੰਘ ਵੀ ਦੇ ਕੇ ਚਲੇ ਗਏ ਸੀ ਪਰ ਮਾਈ ਭਾਗੋਵਰਗਿਆਂ ਨੇ ਕਹੀ ਚੂੜੀਆਂ ਲੈ ਜਾਓ ਤੇ ਪਾ ਲਿਆ ਜੀ ਉਹਨਾਂ ਨੂੰ ਸ਼ਰਮਿੰਦੇ ਹੋਏ ਵਾਪਸ ਆਏ ਖਿਦਰਾਣੇ ਦੀ ਟਾਬ ਦੇ ਉੱਤੇ ਕੁਰਬਾਨ ਹੋ ਗਏ 40 ਮੁਕਤੇ ਕਹਾਏ ਮਹਾਰਾਜ ਜਦੋਂ ਗੁਰਗੋਬਿੰਦ ਸਿੰਘ ਮਹਾਰਾਜ ਨੇ ਹਾਲ ਹੋ ਗਏ ਤੇ ਉਸ ਵੇਲੇ ਭਾਈ ਮਹਾ ਸਿੰਘ ਅਖੀਰਲੇ ਸਵਾਸਾਂ ਤੇ ਸੀ ਤੇ ਮਹਾਰਾਜ ਨੇ ਕਿਹਾ ਮੰਗ ਕੀ ਮੰਗਦਾ ਹੈ ਕਹਿੰਦੇ ਮਹਾਰਾਜ ਸਾਡਾ ਬਿਦਾਵਾ ਪਾੜ ਦਿਓ ਗੁਰਗੋਬਿੰਦ ਸਿੰਘ ਮਹਾਰਾਜ ਨੇ ਉਸ ਵੇਲੇ ਆਪਣੇ ਕਮਰ ਕੱਸੇ ਵਿੱਚ ਰੱਖਿਆ ਸੀ ਕਿਉਂਕਿ ਗੁਰੂ ਚਾਹੁੰਦਾ ਮੇਰਾ ਸਿੱਖ ਆਏ ਤਾਂ ਸਹੀ ਇਹ ਤਾਂ ਚਰਨ ਸ਼ਰਨ ਗੁਰ ਏਕ ਪੰਡਾ ਜਾਇ ਚਲ ਸਤਗੁਰ ਕੋਟ ਪੰਡਾ ਆਗੇ ਹੋਏ ਲੇਤ ਹੈ ਮਹਾਰਾਜ ਨੇ ਬਿਦਾਵਾ ਪਾੜਤਾ ਪਰ ਜੇ ਅਸੀਂ 84 ਦੇਸ਼ੋਤ ਨਾਲ ਨਹੀਂ ਖੜੇ ਹੁੰਦੇ ਇਹ ਸਾਡਾ ਬੇਦਾਬ ਹੈ ਹੁਣ ਕਿਉਂ ਬੇਦਾਬ ਹੈ ਅਸੀਂ ਆਏ ਮਸਤਕ ਟਿਕਾਇਆ ਗੁਰਗਨ ਸਾਹਿਬ ਮਹਾਰਾਜ ਦੇ ਸਰੂਪ ਦੇ ਅੱਗੇ ਮਹਾਰਾਜ ਦੇ ਅੱਗੇ ਤੇ ਜੇ 1000 ਗੁਰਦੁਆਰੇ ਨੂੰ ਅੱਗ ਲਾਈ ਗਈ ਤੇ ਗੁਰਗਨ ਸਾਹਿਬ ਮਹਾਰਾਜ ਦੇ ਸਰੂਪਾਂ ਦੀ ਬੇਅਦਬੀ ਕੀਤੀ ਗਈ ਜਿਹਨੂੰ ਸੁਪਰੀਮ ਕੋਰਟ ਕਹਿੰਦਾ ਹੈ ਕਿ ਹਾਂ ਇਹ ਜੀਵਤ ਗੁਰੂ ਨੇ ਉਹ ਵੀ ਮੰਨ ਜਾਂਦਾ ਤੇ ਜੇ ਸਾਡੇ ਗੁਰਗਨ ਸਾਹਿਬ ਮਹਾਰਾਜ ਦੀ ਬੇਪੱਤੀ ਕੀਤੀ ਗਈ ਹੈ ਤੇ ਅਸੀਂ ਬੋਲਦੇ ਨਹੀਂ ਸਾਡੇ ਮੱਥੇ ਟੇਕਣ ਦਾ ਕੋਈ ਅਰਥ ਹੈ ਜੇ ਸਾਡੇ ਇਸ਼ਟ ਦੇ ਨਾਲਵੇਂ ਕੀਤਾ ਗਿਆ ਜੇ ਗੁਰਦੁਆਰਾ ਸੀਸਗੰਨ ਸਾਹਿਬ ਗੁਰਦੁਆਰਾ ਰਕਾਬਗੰਨ ਸਾਹਿਬ ਤੇ ਹਮਲਾ ਕੀਤਾ ਗਿਆ ਤਿਲਕ ਜੰਜੂ ਰਾਖਾ ਪ੍ਰਵਤਾ ਕਾਕੀਨੋ ਵੱਡੋ ਕਲੂ ਮੇ ਸਾਕਾ ਧਰਮਹਿ ਤੀ ਜਿਨ ਕਰੀ ਸੀਸ ਦੀ ਆ ਪਰ ਸੀਨਾ ਉਤਰੀ ਸਤਿਗੁਰ ਸੱਚੇ ਪਾਤਸ਼ਾਹ ਨੇ ਉੱਥੇ ਲਾਜ ਰੱਖੀ ਹੈ ਪਰ ਜਿਨ੍ਹਾਂ ਨੇ ਗੁਰਦੁਆਰਾ ਸੀਸਗੰਨ ਸਾਹਿਬ ਨੂੰ ਨਹੀਂ ਬਖਸ਼ਿਆ ਜੇ ਉੱਥੇ ਇੱਕ ਮੈਕਸਵੈਲ ਪ੍ਰੇਰਾ ਨਾਮ ਦਾ ਈਸਾਈ ਪੁਲਿਸ ਅਫਸਰ ਨਾ ਹੁੰਦਾ ਤੇ ਉਹ ਭੀੜ ਜਿਹੜੀ ਹੈ ਉਹ ਗੁਰਦੁਆਰਾ ਸੀਸਗੰਨ ਸਾਹਿਬ ਨੂੰ ਅੱਗ ਲਾ ਚੁੱਕੀ ਸੀ ਸામਨੇ ਅੰਮ੍ਰਿਤਵਾਚ ਕੰਪਨੀ ਅੱਗ ਲੱਗ ਗਈ ਸੀ ਤੇ ਮੈਨੂੰ ਦੱਸੋ ਜਿਨ੍ਹਾਂ ਨੇ ਗੁਰਦੁਆਰਾ ਸੀਸਗਨ ਸਾਹਿਬ ਤੇ ਹਮਲਾ ਕੀਤਾ ਗੁਰਦੁਆਰਾ ਰਕਾਬਗਨ ਸਾਹਿਬ ਜਿੱਥੇ ਭਾਈ ਲੱਖੀਸ਼ਾ ਵਣ ਜਾ ਰਹੇ ਨੇ ਗੁਰਦੁਆਰਾ ਮਹਾਰਾਜ ਦੇ ਧੜ ਦਾ ਸੰਸਕਾਰ ਕੀਤਾ ਇਹ ਮੁਖਤਿਆਰ ਸਿੰਘ ਜਿਹੜਾ ਉੱਥੇ ਮੈਨੇਜਰ ਹੈ ਇਹ ਮੈਨੂੰ ਅਜੇ ਪਰਸੋਂ ਵੀ ਮਿਲਿਆ ਸੀ ਮੈਂ ਉਹਨੂੰ ਕਿਹਾ ਤੇਰਾ ਹਲਫਨਾਮਾ ਇਤਿਹਾਸ ਹੈ ਜਿਹਦੇ ਵਿੱਚ ਉਹਨੇ ਕਿਹਾ ਕਿ ਗੁਰਦੁਆਰਾ ਰਕਾਬਗਨ ਸਾਹਿਬ ਦੇ ਉੱਤੇ ਪੁਲਿਸ ਨੇ ਗੋਲੀਆਂ ਚਲਾਈਆਂ ਬਾਹਰ ਕਮਲਨਾਥ ਖੜਾ ਸੀ ਬਾਹਰ ਉਹ ਸੁਬਾਸ਼ ਟੰਡਨ ਪੁਲਿਸ ਕਮਿਸ਼ਨਰ ਖੜਾ ਸੀ ਉਹਦੇ ਉਹਨੇ ਉਹਨੇ ਹਲਫਨਾਮੇ 'ਚ ਲਿਖਿਆ ਇੱਕ ਬਾਬੇ ਨੇ ਆ ਕੇ ਹੱਥ ਜੋੜੇ ਕਹਿੰਦਾ ਗੁਰਤੇਗ ਬਹਾਦਰ ਹਿੰਦ ਕੀ ਚਾਦਰ ਉਹਨਾਂ ਨੇ ਬਾਬੇ ਦੀ ਗੱਲ ਨਹੀਂ ਸੁਣੀ ਤੇ ਉਹਨੂੰ ਅੱਗ ਲਾ ਦਿੱਤੀ ਉਹਦਾ ਪੁੱਤਰ 14 ਸਾਲ ਦਾ 15 ਸਾਲ ਦਾ ਸੀ ਉਹ ਬਾਬੇ ਨੂੰ ਵੇਖ ਕੇ ਅੱਗੇ ਆਇਆ ਉਹਨਾਂ ਨੇ ਕਿਹਾ ਇੱਕ ਹੋਰ ਸਿੱਖਣਾ ਆ ਗਿਆ ਉਸ ਬੱਚੇ ਨੂੰ ਵੀ ਅੱਗ ਲਾਤੀ 60% ਜਲਿਆ ਸੀ 60% ਜਲਿਆ ਬੰਦਾ ਬਚ ਸਕਦਾ ਪਰ ਪੁਲਿਸ ਨੇ ਉਹਨੂੰ ਹਸਪੀਟਲ ਨੇ ਲੈ ਜਾਣ ਦਿੱਤਾ ਸੇਵਾਦਾਰਾਂ ਨੂੰ ਪਾਣੀ ਵੀ ਪਿਆਣ ਦਿੱਤਾ 6 ਘੰਟੇ ਤੜ ਤੜਸ ਕੇ ਉਹ ਦਮ ਤੋੜ ਗਿਆ ਜਿਨ੍ਹਾਂ ਨੇ ਗੁਰਤੇਗワਦ ਸਾਹਿਬ ਮਹਾਰਾਜ ਦਾ ਦਰ ਨਹੀਂ ਛੱਡਿਆ ਮੈਨੂੰ ਦੱਸਿਓ ਹੁਣ ਅਸੀਂ ਕੀ ਕਰੀਏ ਜਿਨ੍ਹਾਂ ਨੇ ਗੁਰਗੰਨ ਸਾਹਿਬ ਮਹਾਰਾਜ ਦੇ ਸਰੂਪ ਦੇ ਕੀ ਕੀਤਾ ਮੈਂ ਬੋਲ ਨਹੀਂ ਸਕਦਾ ਮੇਰੀ ਜ਼ਬਾਨ ਜਲ ਜਾਏਗੀ ਜਿਹੜੇ ਸਾਡੀ 30 30 ਕੁੜੀਆਂ ਚੁੱਕ ਕੇ ਚਿੱਲਾ ਗਾਉਂ ਲੈ ਗਏ ਉਹਨਾਂ ਬੇਪੱਤੀਆਂ ਕੀਤੀਆਂ ਉਹਨਾਂ ਕੀ ਬੋਲੀਏ ਜਿਹੜਾ ਉਹ ਭਾਗੀ ਕੋਰ ਗਏ ਤਿੰਨ ਦਿਨ ਸਾਨੂੰ ਕੱਪੜੇ ਨਹੀਂ ਪਾਣ ਦਿੱਤੇ ਕੀ ਖਾਲਸਾ ਪੰਥ ਇੰਨਾ ਕਮਜ਼ੋਰ ਹੋ ਚੁੱਕਾ ਹੈ ਨਿਰਭਉ ਤੇ ਨਿਰਵੈਰ ਕਿਛੇ ਨਾਲ ਬਹਿਰ ਨਹੀਂ ਸਾਡਾ ਪਰ ਨਿਰਪਾਉ ਆ ਜੇ ਮੂਲ ਮੰਤਰ ਸਾਡਾ ਆਧਾਰ ਹੈ ਜੇ ਸਾਡਾ ਜੀਵਨ ਹੈ ਤੇ ਫਿਰ ਸਿੱਖ ਨੇ ਨਿਰਪਉ ਰਹਿਣਾ ਤੇ ਨਿਰਵੈਰ ਰਹਿਣਾ ਭੈ ਪਾਵਨੀ ਉਸ ਪ੍ਰਮਾਤਮਾ ਦੀ ਮੰਨਣੀ ਹੈ ਸਤ ਦੀ ਕਿਸੇ ਸਟੇਜਾਂ ਦੀ ਭੈ ਪਾਵਨੀ ਨਹੀਂ ਮੰਨਣੀ ਚਾਹੀਦੀ ਕਿ ਇਹ ਸਟੇਜ ਹੈ ਤੇ ਉਹ ਸਟੇਜ ਹੈ ਮੈਂ ਇਹ ਬੋਲਾਂ ਤੇ ਨਾ ਬੋਲਾਂ ਭੈ ਪਾਵਨੀ ਸਿਰ ਪ੍ਰਮਾਤਮਾ ਦੀ ਅਕਾਲ ਪੁਰਖ ਦੀ ਤੇਰੇ ਦਰ ਤੇ ਆ ਤੂੰ ਸਤ ਬੁਲਾਉਣਾ ਤੂੰ ਜੋ ਮਰਜੀ ਕਰਾ ਮਹਾਰਾ ਸੱਚੇ ਪਾਤਸ਼ਾਹ ਮੈਂ ਸਤ ਤੇ ਤਲਿਆ ਬਹੁਤ ਸਿਆਣਪ ਜਮ ਕਾ ਭੋ ਬਿਆਪ ਹੈ ਬਹੁਤੀਆਂ ਸਿਆਣਪਾਂ ਨੇ ਪਾਲਣੀਆਂ ਸਤਿਗੁਰ ਦੇ ਅੱਗੇ ਸੀਸ ਭੇਟਦੇ ਹੋ ਜੇ ਸਤਿਗੁਰ ਸੱਚੇ ਭਾਵੇਂ ਆਪਣੇ ਆਪ ਨੂੰ ਖੜੇ ਹੋ ਕੇ ਮੈਨੂੰ ਬੜੀ ਖੁਸ਼ੀ ਹੈ ਸਮਾ ਬੋਤਾ ਨਹੀਂ ਸਤਕਾਰਯੋਗ ਭਾਈ ਸਾਹਿਬ ਵੀ ਆ ਗਏ ਆ ਤੇ ਮੈਂ ਵਿੱਚ ਨਹੀਂ ਵਿੱਚ ਖੜਾ ਹੋਣਾ ਚਾਹੁੰਦਾ ਲਾਜਪਤਨਗਰ ਜਦੋਂ ਅਸੀਂ ਪ੍ਰੋਗਰਾਮ ਰੱਖਿਆ ਉੱਥੇ ਐਗਜ਼ੀਬਿਸ਼ਨ ਵੀ ਲਾਈ ਬਹੁਤ ਸਿੱਖ ਆਏ ਉਦੋਂ ਇੱਕ ਭਾਈ ਸਾਹਿਬ ਨੂੰ ਫੋਨ ਕੀਤਾ ਭਾਈ ਚਰਨਜੀਤ ਸਿੰਘ ਹੀਰਾ ਨੂੰ ਮੇਰੇ ਨਾਲ ਫੇਸਬੁੱਕ ਤੇ ਮੈਂ ਕਿਹਾ ਵੀਰ ਜੀ ਪਹੁੰਚੋ ਉਹ ਕਹਿੰਦੇ ਮੈਂ ਪਹੁੰਚਦਾ ਵੀਰ ਜੀ ਮੈਂ ਆਪਣਾ ਪ੍ਰੋਗਰਾਮ ਕੈਨਸਲ ਕਰ ਦੇਣਾ ਮੈਂ ਪਹੁੰਚਦਾ ਤੁਹਾਡੇ ਉਹ ਭਾਈ ਸਾਹਿਬ ਉਸੇ ਵੇਲੇ ਪਹੁੰਚ ਗਏ ਪੁਸ਼ਪਿੰਦਰ ਕੌਰ ਖਾਲਸਾ ਨੂੰ ਫੋਨ ਕੀਤਾ ਇਹ ਐਗਜ਼ਿਬਿਸ਼ਨ ਜਾਣੀ ਸੀ ਯਮਨਾ ਪਰ ਭੈਣ ਜੀ ਤੁਸੀਂ ਆਓ ਉਸੇ ਵੇਲੇ ਪੰਜਾਬ ਤੋਂ ਤੁਰ ਕੇ ਆਏ ਕਹਿੰਦੇ ਮੈਨੂੰ ਕੋਈ ਪੈਸਾ ਵੀ ਨਹੀਂ ਚਾਹੀਦਾ ਅੱਜ ਵੀ ਅਸੀਂ 1984 ਮਨਾ ਰਹੇ ਹਾਂ ਇਹ ਜਿਹੜੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੇ ਮਾਹ ਸਿੰਘ ਮੇਰੇ ਵੀਰ ਬੈਠੇ ਆ ਇਹ ਪੰਜ ਭਰਾ ਸੀ ਅੱਜ ਕੱਲੇ ਨੇ ਤਿੰਨ ਭਰਾ ਤੇ ਇਹਨਾਂ ਦੇ ਪਿਤਾ ਜੀ ਮੈਂ ਜ਼ਿਆਦਾ ਨਹੀਂ ਜਾਵਾਂਗਾ ਵੀਰ ਜੀ ਕੱਲ ਵੀ ਸਾਡੇ ਨਾਲ ਸੀ ਉੱਥੇ ਜੰਤਰ ਮੰਤਰ ਤੇ ਕੀ ਕੀ ਹੋਇਆ ਇੱਕ ਬੱਚਾ ਸਾਹਮਣੇ ਇੱਥੇ ਬੈਠਾ ਹੈ ਜਿਹੜਾ ਮਈ 84 ਚ ਪੈਦਾ ਹੋਇਆ ਤੇ ਅਪ੍ਰੈਲ 14 ਪਿਤਾ ਚਲਾ ਗਿਆ ਸੀ ਇਹਨਾਂ ਦਾ ਭਤੀਜਾ ਹੈ ਜਿਨੇ ਆਪਣੇ ਪਿਤਾ ਨੂੰ ਨਹੀਂ ਦੇਖਿਆ ਪੈ ਪਾਵਨੀ ਉਸ ਅਕਾਲ ਪੁਰਖ ਦੀ ਕਿਸੇ ਹੋਰ ਦੀ ਪੈ ਪਾਵਨ ਵਿੱਚ ਨਾ ਕਰੇ ਆਈਏ ਤੇ ਨਾ ਕਦੇ ਆਉਣਾ ਅਸੀਂ ਮੱਥਾ ਗੁਰਗੰਸਾ ਮਰਨ ਚੜਾਇਆ ਜੇ ਸੱਚ ਕੀ ਬਾਣੀ ਨਾਨਕ ਆਕੇ ਸਾਚੁ ਸੁਣਾਇਸੀ ਸੱਚ ਕੀ ਮੇਲਾ ਬਾਬਰ ਦੇ ਸਾਹਮਣੇ ਖੜੇ ਹੋ ਕੇ ਸਾਚੁ ਸੁਣ ਕਈ ਕਹਿੰਦੇ ਕੀ ਟੱਕਰ ਲੈਣੀ ਮਹਾਰਾਜ ਮੁਲਤਾਨ ਦੀ ਜੇਲ੍ਹ ਪਹਿਲੀ ਕੱਟੀ ਗੁਰਨਾਨਕ ਸਾਹਿਬ ਮਹਾਰਾਜ ਨੇ ਅਸੀਂ ਡਰਦੇ ਆ ਨਹੀਂ ਸੱਚ ਤੇ ਖੜੇ ਹੋਣਾ ਜਦ ਲਖ ਖਾਲਸਾ ਰਹੇ ਨਿਆਰਾ ਤਬਲਾ ਇੱਕੋ ਹੀ ਗੱਲ ਦੇਖੀ ਦੀ ਹੈ ਕਿ ਪੈ ਪਾਵਨੀ ਮੇਰੀ ਸਿਰਵ ਹਜੂਰੀ ਮਹਾਰਾਜ ਤੇਰੀ ਹੈ ਮੈਂ ਦੁਨੀਆਂ ਚ ਕਿਸੇ ਦਾ ਪੈ ਨਹੀਂ ਮੰਨਦਾ ਮੈਂ ਤੇਰੀ ਸ਼ਰਨ ਚ ਅਜਦਾ ਮਹਾਰਾਜ ਕਹਿੰਦੇ ਨਾ ਜੋ ਨਾਮ ਹੈ ਨਾ ਜਿਨ ਕੇ ਹਰਨਾਮ ਵਸਿਆ ਸਦ ਹਿਰਦੇ ਹਰਨਾਮੋਂ ਤਿੰਨ ਕੋ ਰੱਖਣ ਹਾਰਾ ਉਹਦੇ ਉਤੇ ਟੇਕ ਛੱਡ ਦਈਦੀ ਹੁੰਦੀ ਹੈ ਜੇ ਹਿਰਦੇ ਨਾਮ ਹੈ ਤੇ ਨਾਮ ਰੱਖੇਗਾ ਜੇ ਸਤਗੁਰ ਦੇ ਸੱਤ ਤੇ ਟਿਕਾਇਆ ਤੇ ਸੱਤ ਰੱਖੇਗਾ ਸੱਤ ਦੀ ਪਰਤਪਾਲਨਾ ਕਰੋ ਸੱਤ ਤੇ ਚੱਲੋ ਪਹਿ ਪਾਵਨੀ ਕਿਸੇ ਦੀ ਨਹੀਂ ਸਿਰ ਗੁਰਗਨ ਸਾਹਿਬ ਮਹਾਰਾਜ ਦੀ ਤੇ ਕੱਲ ਜਿਹੜਾ ਉੱਥੇ ਮਹਾਰਾਜ ਦੀ ਕਿਰਪਾ ਹੋਈ 80% ਬੱਚੇ ਤਕਰੀਬਨ 10000 ਦਾ ਇਕੱਠ ਹੋਇਆ ਸੀ ਸੋਚਿਆ ਨਹੀਂ ਸੀ 80% ਬੱਚੇ ਉਹ ਆਏ ਜਿਹੜੇ 84 ਤੋਂ ਬਾਅਦ ਪੈਦਾ ਹੋਏ ਆ ਦਰਦ ਹੈ ਇਸ ਗੱਲ ਦੀ ਖੁਸ਼ੀ ਹੈ ਕਿ ਇਹ ਗੱਲ ਅੱਗੇ ਚੱਲੇਗੀ ਨਹੀਂ ਤੇ ਸਾਰੇ ਭੁੱਲ ਗਏ ਸੀ ਕਹਿੰਦੇ ਭੁੱਲ ਜਾਓ ਭੁੱਲਣਾ ਇੱਕ ਬਿਮਾਰੀ ਹੁੰਦੀ ਹੈ ਭੁੱਲਣਾ ਇੱਕ ਕਮਜ਼ੋਰੀ ਹੈ ਜਦੋਂ ਬੰਦਾ ਬੁੱਢਾ ਹੋ ਜਾਏ ਤੇ ਕਹਿੰਦੇ ਭੁੱਲਣ ਲੱਗ ਪਿਆ 70 72 ਗਿਆ ਤੇ ਜਿਹੜੀ ਕੌਮ ਅਜੇ ਸਭ ਤੋਂ ਨਵਾਂ ਧਰਮ ਅਸੀਂ 300 ਸਾਲਾ ਜੇ ਮਨਾ ਰਹੇ ਹਾਂ ਤੇ ਸਾਨੂੰ ਕਹਿੰਦੇ ਬੁੱਢਿਆਂ ਦੀ ਬਿਮਾਰੀ ਲਾ ਲਓ ਇਹ ਬਿਮਾਰੀ ਨਹੀਂ ਲਾਉਣੇ ਭੁੱਲਣ ਦੀ ਭੁੱਲ assi ਸਕਦੇ ਨਹੀਂ ਅਰਦਾਸ assi ਬਦਲ ਨਹੀਂ ਸਕਦੇ ਨਾ ਬਦਲਾਂਗੇ ਅਸੀਂ ਇਤਿਹਾਸ ਨੂੰ ਯਾਦ ਕਰਨਾ ਹੈ ਤੁਸੀਂ ਨਿਹਾਂ ਕਰੋ ਨਹੀਂ ਕਰ ਸਕਦੇ ਤੇ ਹੱਥ ਖੜੇ ਕਰਕੇ ਕਹਿ ਦਿਓ ਕਿ ਨਹੀਂ ਕਰ ਸਕਦੇ ਇਹ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਸ਼ਕਤੀ ਸਥਲ ਜਾ ਕੇ ਉਹ ਇੰਦਰਾ ਗਾਂਧੀ ਮੋਈ ਸੀ ਤੇ ਉੱਥੇ ਜਾ ਕੇ ਫੁੱਲ ਚੜਾ ਕੇ ਹਣ ਯਾਦ ਹੈ ਤੇ ਜਿਹੜੇ ਉਹ ਵਿੱਡੋ ਕਲੋਨੀ ਚ ਬੈਠੇ ਉਹਨਾਂ ਨੂੰ ਅਜੇ ਤੱਕ ਨਹੀਂ ਗਿਆ ਕੀ ਦੇਸ਼ ਦਾ ਅਜੇ ਤੱਕ ਪ੍ਰਧਾਨ ਮੰਤਰੀ ਇੱਕ ਵੀ ਉੱਥੇ ਨਹੀਂ ਜਾਏਗਾ ਜਾਂ ਤੇ ਸਵੀਕਾਰ ਕਰ ਲੋ ਗੱਲ ਇਤਨੀ ਕੁ ਹੈ ਜੇ ਡਰ ਡਰੇ ਤਾਂ ਫਿਰ ਡਰ ਲੱਗਾ ਨਾ ਡਰ ਹੂਆ ਡਰ ਉਰ ਹੋਏ ਭਾਗੇ ਨਿੰਡਰਤਾ ਹੋਣੀ ਚਾਹੀਦੀ ਹੈ ਕੌਮ ਦਾ ਕਿਰਦਾਰ ਉੱਚਾ ਹੋਣਾ ਚਾਹੀਦਾ ਕੌਮ ਨੂੰ ਨਾਮ ਜਪ ਕੇ ਨਿਰਭੋਜ ਜਪੇ ਸਗਲ ਭੋ ਮਿਟੇ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੇ ਆਪਾਂ ਨੂੰ ਇਹ ਨਿਰਪੈਤਾ ਲੈਣ 84 ਕਈ ਆਈਆਂ ਕਈ ਚਲੀ ਗਈਆਂ ਪਰ ਇਹ ਕਮਜ਼ੋਰੀ ਜਿਹੜੀ ਸਾਡੀਆਂ ਇਲੈਕਸ਼ਨਾਂ ਤੇ ਇਹ ਤਮਾਸ਼ੇ ਕਰਕੇ ਹੋਈ ਹੈ ਇਹਦੇ ਤੋਂ ਉੱਭਰੋ 이슈 ਦੇ ਤੇ ਖੜੇ ਹੋਣਾ ਸਿੱਖੀਏ ਬਹੁਤਾ ਸਮਾਂ ਮੈਂ ਨਹੀਂ ਲੈਂਦਾ ਫਿਰ ਕਹੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ